ਤੁਸੀਂ ਦੇਖ ਰਹੇ ਹੋ ਯੂਟੀ ਮੀਡੀਆ ਪੰਜਾਬ ਯੂਟਿਊਬ ਚੈਨਲ। ਸਬਜ਼ੀ ਮੰਡੀ ਵਿੱਚ ਲੱਗਾ ਮੇਲਾ, ਸਬਜ਼ੀਆਂ ਦੇ ਭਾਅ ਆਏ ਅਰਸ਼ਾਂ ਤੋਂ ਫਰਸ਼ਾਂ 'ਤੇ। ਜੀ ਹਾਂ, ਜੋ ਕੁਛ ਵੀ ਤੁਸੀਂ ਸੁਣਿਆ ਉਹ 100% ਸੱਚ ਹੈ। ਸੱਚ ਹੈ ਕਿ ਸਬਜ਼ੀਆਂ ਦੇ ਭਾਅ ਅਰਸ਼ਾਂ ਤੋਂ ਫਰਸ਼ਾਂ 'ਤੇ ਆ ਗਏ ਨੇ। ਅੱਜ ਸਾਡੀ ਸਪੈਸ਼ਲ ਰਿਪੋਰਟ ਵਿੱਚ ਤੁਸੀਂ ਜਾਣੋਗੇ ਕਿਸ ਤਰ੍ਹਾਂ ਸਬਜ਼ੀਆਂ ਦੇ ਭਾਅ ਘੱਟ ਗਏ ਹਨ। ਜਿਹੜੀਆਂ ਸਬਜ਼ੀਆਂ ਕੱਲ੍ਹ ਤੱਕ ਤੁਹਾਨੂੰ 100, 150, 200 ਰੁਪਏ ਕਿਲੋ ਦੇ ਹਿਸਾਬ ਨਾਲ ਮਿਲੀਆਂ ਸੀ, ਅੱਜ ਉਹ ਮਾਮੂਲੀ ਰੇਟਾਂ 'ਤੇ 40-50 ਰੁਪਏ ਕਿਲੋ ਦੇ ਹਿਸਾਬ ਨਾਲ ਮਾਰਕੀਟ ਦੇ ਵਿੱਚ ਉਪਲਬਧ ਹਨ। ਜਿਹੜਾ ਟਮਾਟਰ ਕੱਲ੍ਹ 70-80 ਰੁਪਏ ਕਿਲੋ ਸੀ, ਅੱਜ ਉਹ 30-35 ਰੁਪਏ ਕਿਲੋ ਦੇ ਹਿਸਾਬ ਨਾਲ ਮਾਰਕੀਟ ਦੇ ਵਿੱਚ ਉਪਲਬਧ ਹੈ। ਮਿਰਚਾਂ ਦਾ ਭਾਅ ਵੀ ਘੱਟ ਕੇ 60-70 ਰੁਪਏ ਕਿਲੋ ਦੇ ਵਿਚਕਾਰ ਰਹਿ ਗਿਆ ਹੈ। ਗੋਭੀ, ਜੋ ਕਿ ਕੱਲ੍ਹ ਤੱਕ 50 ਰੁਪਏ ਕਿਲੋ ਦੇ ਹਿਸਾਬ ਨਾਲ ਵਿਕ ਰਹੀ ਸੀ, ਅੱਜ ਮਾਰਕੀਟ ਦੇ ਵਿੱਚ ਉਸਦਾ ਰੇਟ 15-20 ਰੁਪਏ ਹੀ ਰਹਿ ਗਿਆ ਹੈ। ਇਸ ਦੇ ਨਾਲ ਹੀ ਹੋਰਨਾਂ ਸਬਜ਼ੀਆਂ ਦੇ ਰੇਟ ਵੀ ਕਾਫੀ ਡਾਊਨ ਆ ਗਏ ਹਨ। ਜਾਣਕਾਰਾਂ ਦੀ ਮੰਨੀਏ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਰੇਟ ਹੋਰ ਵੀ ਨੀਚੇ ਆਉਣ ਦੀ ਪੂਰੀ ਸੰਭਾਵਨਾ ਹੈ। ਸਰ, ਮੰਡੀ ਦੇ ਵਿੱਚ ਸੁਣਨ ਨੂੰ ਆਇਆ ਵੀ ਸਬਜ਼ੀਆਂ ਦੇ ਭਾਅ ਹੋਰ ਘੱਟ ਗਏ ਨੇ, ਤੇ ਇਹ ਕੀ ਰੇਟ ਚੱਲ ਰਿਹਾ ਜੀ ਅੱਜ? ਇਹ ਗੋਭੀ 10 ਰੁਪਏ, ਮਿਰਚ 40 ਰੁਪਏ, 38-40, ਤੇ ਟਮਾਟਰ ਜਿਹੜਾ ਹੈਗਾ ਜੇ 20 ਰੁਪਏ ਕਿਲੋ। ਵੀ ਭਾਈ, ਤੇ ਹੋਰ ਆਲੂ ਪਿਆਜ਼ ਵਗੈਰਾ ਦੇ ਵਿੱਚ ਆਲੂ ਪਿਆਜ਼ ਡਾਉਣਾ 22-23 ਰੁਪਏ, 22-23 ਰੁਪਏ ਕਮੀ ਆ ਰਹੀ ਹੈ। 16-15 ਤੇ ਮਤਲਬ ਲਗਾਤਾਰ ਕਮੀ ਆ ਰਹੀ ਹੈ, ਮਾਲ ਆ ਰਿਹਾ, ਜ਼ਿਆਦਾ ਆ ਰਿਹਾ ਮੰਡੀ 'ਚ। ਠੀਕ ਹੈ ਜੀ, ਹਾਂ, ਰੋਜ਼ਾਨਾ ਮਾਲ ਘਟੇਗਾ। ਤੁਹਾਨੂੰ ਆਉਣ ਵਾਲੇ ਦਿਨਾਂ 'ਚ ਹੋਰ ਇਹਦੇ ਵਿੱਚ ਕਮੀ ਆਊਗੀ ਸਬਜ਼ੀ ਦੇ ਵਿੱਚ? ਰੇਟ ਘਟੇਗਾ ਜੀ, ਰੇਟ ਘਟੇਗਾ। ਕੀ ਫਰਕ ਆ ਰੇਟਾਂ ਦੇ ਵਿੱਚ ਸਬਜ਼ੀ ਦੇ? ਕੱਲ੍ਹ ਨਾਲੋਂ ਜੀ ਅੱਜ ਹੋਰ ਰੇਟ ਘੱਟ ਹੈ ਜੀ, ਬਹੁਤ ਕੱਲ੍ਹ ਨਾਲੋਂ। ਕੱਲ੍ਹ ਜਿਹੜਾ ਰੇਟ ਸੀ ਅੱਜ ਹੋਰ 5-7 ਰੁਪਏ ਕਿਲੋ ਰੇਟ ਘੱਟ ਹੈਗਾ ਜੀ। ਕਿਹੜੀ ਕਿਹੜੀ ਸਬਜ਼ੀਆਂ ਦੇ ਰੇਟ ਘਟੇ? ਸਬਜ਼ੀ ਦੇ ਫਿਰ ਟਮਾਟਰ ਘੱਟ ਗਿਆ ਰੇਟ ਜੀ, ਜਿਹੜਾ ਟਮਾਟਰ 15 ਰੁਪਏ ਕਿਲੋ ਮੰਡੀ ਹੈ ਜੀ ਥੋਕ 'ਚ। ਠੀਕ ਹੈ ਜੀ। ਜੇ ਗੋਭੀ ਹੈਗੀ ਆ 10 ਰੁਪਏ ਕਿਲੋ ਜੀ, ਪ੍ਰਚੂਨ ਹੈਗੇ ਥੋਕ 'ਚ ਹੀ ਹੈ ਮੰਡੀ ਜੀ। ਉਸ ਤੋਂ ਇਲਾਵਾ ਹੋਰ ਆਲੂ ਪਿਆਜ਼ ਵੀ ਰੇਟ ਘਟੇ, ਸਾਰੀ ਚੀਜ਼ਾਂ ਰੇਟ ਘੱਟ ਰਹੇ। ਕੱਲ੍ਹ ਨਾਲ ਮਾਲ ਜ਼ਿਆਦਾ ਵਾ, ਰੇਟ ਜਿਹੜਾ ਕੱਲ੍ਹ ਨਾਲ ਬਹੁਤ ਘਟਿਆ ਵਾ ਜੀ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਇਹ ਰੇਟਾਂ ਵਿੱਚ ਕਮੀ ਹੋਊਗੀ? ਜਿੱਦਾਂ ਮਾਲ ਆ ਜਾਣਾ ਤੇ ਰੇਟ ਬਿਲਕੁਲ ਘੱਟ ਜਾਣਾ ਜੀ ਇਹਦੇ ਜੀ। ਹਾਂਜੀ, ਜਿਹੜੀ ਇਹ ਤੇਜ਼ੀ ਆ ਨਾ ਜੀ ਮਹੱਲੇ ਜਿਹੜੇ ਉਹ ਲੁੱਟਦੇ ਪਏ, ਉਹ ਕੰਮ ਨਹੀਂ ਹੈਗਾ ਜੀ। ਮਰਜ਼ੀ ਜਿਹੜੀ ਹੈਗੀ 40-50 ਰੁਪਏ ਕਿਲੋ ਰੇਟ 'ਚ ਹੈਗੀ ਹੈ ਜੀ। ਆਲੂ 20 ਰੁਪਏ ਕਿਲੋ, ਜਿਹੜੀ ਫੜੀਆਂ ਖੋਦੀਆਂ ਪਈਆਂ ਮਾਲ ਨਹੀਂ ਆ ਰਿਹਾ। ਧਨੀਆ ਦੀ ਗੁੱਛੀ 5 ਰੁਪਏ ਦੀ ਆ, ਪਾਲਕ ਦੀ 5 ਰੁਪਏ ਦੀ, ਪੁਦੀਨੇ ਦੀ 5 ਰੁਪਏ ਦੀ ਆ, ਮੂਲੀਆਂ ਮੁੱਠਾ 50 ਰੁਪਏ ਦਾ, ਜਿਹੜਾ 8 ਕਿਲੋ ਦਾ ਮੁੱਠਾ ਹੈਗਾ ਜੀ। ਗੋਭੀ, ਬੰਦ ਗੋਭੀ 150 ਬਾਬਾ, ਜਿਹੜੀ 3 ਰੁਪਏ ਕਿਲੋ ਪੈਂਦੀ ਪਈ ਹੈ, 3-4 ਰੁਪਏ। ਟਮਾਟਰ 500 ਦਾ ਕਰੇਟ ਹੈ, 28 ਕਿਲੋ ਟਮਾਟਰ ਦਾ ਕਰੇਟ। ਸਬਜ਼ੀ ਮੰਡੀ ਦੇ ਵਿੱਚ ਪ੍ਰਸ਼ਾਸਨ ਦੀ ਹਦਾਇਤਾਂ ਦੇ ਮੁਤਾਬਕ ਜੋ ਰੇਟ ਫਿਕਸ ਕੀਤੇ ਗਏ ਸਨ ਉਹ ਦਿਨ ਬਦੇ ਰੇਟ ਘੱਟ ਰਹੇ ਨੇ। ਜਿਵੇਂ ਕਿ ਕੱਲ੍ਹ ਮਿਰਚ ਤਕਰੀਬਨ 50 ਰੁਪਏ ਕਿਲੋ ਵਿਕੀ ਹੈ, ਤਾਂ ਅੱਜ ਉਹੀ ਮਿਰਚ 40 ਰੁਪਏ ਕਿਲੋ ਵਿਕ ਰਹੀ ਆ। ਪ੍ਰਸ਼ਾਸਨ ਦਾ ਪੂਰਾ ਸਹਿਯੋਗ ਹੈ ਔਰ ਮੈਂ ਦੇਖ ਰਿਹਾ ਕਿ SSP ਸਾਹਿਬ ਆਪ ਸਬਜ਼ੀ ਮੰਡੀ ਦੇ ਵਿੱਚ ਲੱਗੇ ਹੋਏ ਨੇ। ਜਿਵੇਂ ਕਿ ਕੱਲ੍ਹ ਆਲੂ ਸੀਗਾ ਜੀ 1900 ਰੁਪਈਆ, ਅੱਜ ਉਹੀ ਆਲੂ 1700 ਰੁਪਏ ਕੁਇੰਟਲ ਇੱਥੇ ਵੇਚਿਆ ਗਿਆ। ਪਿਆਜ਼ ਜਿਹੜਾ ਕਿ ਕੱਲ੍ਹ 2600 ਰੁਪਏ, 2200-2300 ਰੁਪਇਆ ਵੇਚਿਆ ਗਿਆ, ਉਹਨੂੰ ਅਸੀਂ ਅੱਜ ਹੋਰ 100 ਰੁਪਇਆ ਕੁਇੰਟਲ ਘਟਾ ਦਿੱਤਾ ਗਿਆ। ਇਵੇਂ ਹੀ ਬਿਲਕੁਲ ਠੀਕ ਚੱਲ ਰਿਹਾ ਹੈਗਾ। ਅਤੇ ਜਿਹੜੇ ਰੇਹੜੀਆਂ ਵਾਲੇ ਬਾਹਰ ਜਾ ਕੇ ਸਬਜ਼ੀ ਵੇਚਦੇ ਆ, ਕੀ ਉਹ ਸਹੀ ਰੇਟਾਂ 'ਤੇ ਵੇਚ ਰਹੇ ਆ? ਦੇਖੋ, ਸਬਜ਼ੀ ਦੀ ਰੇਹੜੀਆਂ ਵਾਲੇ 'ਤੇ ਸਾਡਾ ਕੰਟਰੋਲ ਨਹੀਂ ਹੈਗਾ। ਸਬਜ਼ੀ ਦੀ ਰੇਹੜੀਆਂ ਵਾਲਿਆਂ ਨੇ ਰੇਟ ਜੇ ਮੰਡੀ 'ਚ ਘੱਟ ਜਾਂਦੇ ਨੇ ਤਾਂ ਮੇਰਾ ਖਿਆਲ ਬਹੁਤ ਘੱਟ ਰੇਹੜੀਆਂ ਵਾਲੇ ਹੋਣਗੇ ਜਿਹੜੇ ਘਟਾਉਂਦੇ ਨੇ, ਅਦਰਵਾਈਜ਼ ਉਹ ਵੀ ਰੇਟ 'ਤੇ ਵੇਚੀ ਜਾ ਰਹੇ ਨੇ।
ਪਿੰਡਾਂ ਤੋਂ ਜ਼ਿਆਦਾ ਖਬਰਾਂ ਆ ਰਹੀਆਂ ਕਿ ਪਿੰਡਾਂ ਦੇ ਵਿੱਚ ਜਿਹੜੇ ਲੋਕ ਲੈਣ ਆ ਰਹੇ ਨੇ ਡਾਇਰੈਕਟ, ਉਹ ਦੱਸ ਰਹੇ ਨੇ ਕਿ ਬਹੁਤ ਰੇਟ ਤੇਜ਼ ਹੈ, ਲੇਕਿਨ ਇੱਥੇ ਰੇਟ ਬਿਲਕੁਲ ਦਿਨ ਬ ਦਿਨ ਸਬਜ਼ੀ ਦੇ ਘੱਟ ਰਹੇ ਆ। ਲੋਕਾਂ ਨੂੰ ਇਹੀ ਅਪੀਲ ਕਰਦਾ ਕਿ ਘਬਰਾਉਣ ਦੀ ਲੋੜ ਨਹੀਂ, ਹਰ ਵੈਂਡਰ ਰੇਹੜੀ ਵਾਲੇ ਦੇ ਇੱਕ ਸਟਿੱਕਰ ਲੱਗਾ ਹੋਇਆ ਪ੍ਰਸ਼ਾਸਨ ਦਾ, ਅਗਰ ਤੁਹਾਨੂੰ ਲੱਗਦਾ ਆ ਕਿ ਇਹ ਰੇਟ ਵੱਧ ਲੈ ਰਿਹਾ ਆ ਮੰਡੀ ਨਾਲੋਂ, ਅਸੀਂ ਦੇਖੋ ਤੁਹਾਨੂੰ ਰੇਟ ਦੱਸ ਰਹੇ ਹਾਂ, ਅਗਰ ਰੇਟ ਵੱਧ ਲੈ ਰਿਹਾ 5-4 ਰੁਪਏ 7 ਰੁਪਏ 10 ਰੁਪਏ ਉੱਪਰ ਲੈਣਾ ਚਾਹੀਦੇ, ਲੇਕਿਨ ਅਗਰ ਜ਼ਿਆਦਾ ਲੈ ਰਹੇ ਤਾਂ ਉਹਦੀ ਉਸੇ ਵੇਲੇ ਕੰਪਲੇਂਟ ਕਰੋ, ਤੁਹਾਡੀ ਸੁਣਵਾਈ ਹੋਈ। ਤੁਸੀਂ ਦੇਖ ਰਹੇ ਹੋ UT ਮੀਡੀਆ ਪੰਜਾਬ YouTube ਚੈਨਲ।